ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਿਮਰਨ ਲੁਧਿਆਣਾ ਬ੍ਰਾਂਚ ਤੋਂ ਕੁਛ PPRs ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੀ ਹਾਂ। ਆਪਾਂ ਇਹਨਾਂ PPRs ਬਾਰੇ ਥੋੜ੍ਹਾ ਡਿਸਕਸ ਕਰ ਲੈਂਦੇ ਹਾਂ। ਅਲੱਗ ਅਲੱਗ ਕਾਲਜਿਸ ਤੋਂ ਸਾਰੀਆਂ PPR ਨੇ ਇਹ ਸਾਰੀਆਂ ਆਪਾਂ ਨੂੰ 15 ਦਿਨ ਦੇ ਵਿੱਚ ਰਿਸੀਵ ਹੋਈਆਂ ਤੇ ਇਹ ਟੋਟਲ 7 PPR ਨੇ ਆਪਣੇ ਕੋਲ। ਇਹਨਾਂ 'ਚ ਯੂਨੀਵਰਸਿਟੀ ਆਫ ਰਜਾਇਨਾ ਦੇ ਬੱਚੇ ਆ, ਨੇਟ, ਬੋ ਵੈਲੀ ਕਾਲਜ ਅਲਬਰਟਾ 'ਚ, ਯੋਕਵਿਲੇ ਯੂਨੀਵਰਸਿਟੀ ਓਨਟੈਰੀਓ, UCW ਬ੍ਰਿਟਿਸ਼ ਕੋਲੰਬੀਆ ਤੇ ਹੰਬਰ ਕਾਲਜ ਓਨਟੈਰੀਓ ਦੇ ਵਿੱਚ ਦੀਆਂ ਇਹ PPR ਆਪਣੇ ਕੋਲ ਆਈਆਂ ਆ। ਇਹ ਸਾਰੀਆਂ PPR ਜਿਹੜੀਆਂ ਇਹ ਜਦੋਂ ਤੋਂ PL ਆਪਾਂ ਨੂੰ ਇਸ਼ੂ ਹੋਣ ਲੱਗੇ ਆ, ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ, ਉਹ ਤੋਂ ਬਾਅਦ ਦੀਆਂ ਨੇ। ਹੁਣ ਜਿਹੜਾ PAL ਦਾ ਟਾਈਮ ਆ ਉਹ ਸਾਰਿਆਂ ਦਾ ਵੇਰੀ ਕਰ ਰਿਹਾ। ਕਿਸੇ ਕਾਲਜ ਦਾ ਜਿਹੜਾ ਉਹ 1 ਮਹੀਨੇ ਦੇ ਵਿੱਚ ਆ ਜਾਂਦਾ, ਕਿਸੇ ਨੂੰ 2 ਹਫ਼ਤੇ ਦੇ ਵਿੱਚ ਆ ਜਾਂਦਾ, ਜਿਵੇਂ ਯੋਕਵਿਲੇ ਯੂਨੀਵਰਸਿਟੀ ਦਾ 2 ਹਫ਼ਤੇ ਦੇ ਵਿੱਚ ਹੀ PAL ਆ ਗਿਆ। ਤਾਂ ਉਹ ਅਲੱਗ ਅਲੱਗ ਟਾਈਮ, ਜਿਵੇਂ ਅਲੱਗ ਅਲੱਗ ਟਾਈਮ ਫਰੇਮ ਹੈਗਾ ਉਹਨਾਂ ਦਾ। ਇਹਨਾਂ ਚੋਂ ਕੁਛ PPR ਜਿਹੜੀਆਂ ਜਿਵੇਂ 6ਵੇਂ 7ਵੇਂ ਦਿਨ ਹੀ ਆ ਗਈਆਂ ਫਾਈਲ ਲੌਜਮੈਂਟ ਤੋਂ। ਫੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀ 11 ਅਪ੍ਰੈਲ ਨੂੰ ਆਪਾਂ ਫਾਈਲ ਲਾਈ ਸੀਗੀ ਇਹਨਾਂ ਦੀ, ਤੇ 2 ਮਈ ਨੂੰ ਆਪਾਂ ਨੂੰ PPR ਆ ਗਈ ਜਸਲੀਨ ਕੌਰ ਦੀ। ਤੇ ਇਦੋਂ ਬਾਅਦ ਆਪਣੇ ਕੋਲੇ ਏਦਾਂ ਗਗਨਦੀਪ ਸਿੰਘ ਨੇ, ਇਹਨਾਂ ਦੀ ਫਾਈਲ ਆਪਾਂ 2 ਮਈ ਨੂੰ ਲਾਈ ਸੀਗੀ ਤੇ ਇਹਨਾਂ ਦੀ PPR ਆਪਣੇ ਕੋਲੇ 16 ਮਈ ਨੂੰ ਰਿਸੀਵ ਹੋ ਗਈ ਆ। ਪ੍ਰਨੀਤ ਕੌਰ ਚਹਿਲ ਨੇ, ਇਹਨਾਂ ਦਾ ਆਪਾਂ ਬੋ ਵੈਲੀ ਕਾਲਜ ਲਾਇਆ ਸੀਗਾ, ਇਹ ਆਪਾਂ 1 ਮਈ ਨੂੰ ਲੌਜ ਕੀਤੀ ਸੀ ਫਾਈਲ, ਤੇ ਆਪਣੇ ਕੋਲੇ PPR ਇਹਨਾਂ ਦੀ 15 ਮਈ ਨੂੰ ਰਿਸੀਵ ਹੋ ਗਈ। ਸੋ 1 ਮਹੀਨੇ ਦੇ ਵਿੱਚ ਵਿੱਚ ਆਪਾਂ ਨੂੰ ਸਟੱਡੀ ਵੀਜ਼ਾ ਦੇ ਰਿਜ਼ਲਟਸ ਮਿਲ ਰਹੇ ਆ, ਬਹੁਤ ਵਧੀਆ ਰਿਜ਼ਲਟਸ ਮਿਲ ਰਹੇ ਆ। ਪਹਿਲਾਂ ਜਿਵੇਂ ਜੋ ਡਰ ਦਾ ਮਾਹੌਲ ਬਣ ਗਿਆ ਸੀ ਵੀ ਪਤਾ ਨਹੀਂ +2 ਤੋਂ ਬਾਅਦ ਵੀਜ਼ਾ ਮਿਲਣਗੇ ਜਾਂ ਉਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇਣਗੇ, ਇੱਦਾਂ ਦਾ ਕੁਛ ਵੀ ਨਹੀਂ ਹੈਗਾ। ਸਮੂਥ ਪ੍ਰੋਸੈਸ ਚੱਲ ਰਿਹਾ। ਤੁਸੀਂ ਅਗਰ ਕਿਸੇ ਨੇ ਵੀ ਆਪਣਾ ਅਪਲਾਈ ਕਰਨਾ, ਤੁਸੀਂ ਬੇਝਿਜਕ ਹੋ ਕੇ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ, ਮੈਕਰੋ ਗਲੋਬਲ ਦੇ ਕਿਸੇ ਵੀ ਆਫਿਸ 'ਚ ਵਿਜ਼ਿਟ ਕਰ ਲਓ, ਉਦੋਂ ਬਾਅਦ ਆਪਣਾ ਸਟੱਡੀ ਵੀਜ਼ਾ ਪਲਾਨ ਕਰ ਲਓ। ਧੰਨਵਾਦ।